ਬਾਬਾ ਗੁਰਦਿੱਤਾ ਜੀ ਦੇ ਘਰ ਆ ਕੇ ਉਹਨਾਂ ਦੇ ਸਥਾਨ 'ਤੇ ਆ ਕੇ ਕੁਛ ਪਲ ਜਿਹੜੇ ਬਿਤਾਏ ਆ ਮੇਰੀ ਭੈਣ ਸਾਡੀ MLA ਬਹੁਤ ਸਿਆਣੀ MLA ਆ ਸਾਡੀ ਉਹਨਾਂ ਨੇ ਸੱਦਿਆ ਸੀਗਾ ਉਹਨਾਂ ਦੇ ਸੱਦੇ 'ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਏਡੀ ਵਧੀਆ ਪੁੱਤਰ ਜਗ੍ਹਾ ਦੇ ਉੱਤੇ ਜਿਹੜਾ ਦਰਸ਼ਨ ਕਰਾਇਆ। ਬਸ ਬਾਬਾ ਗੁਰਦਿੱਤਾ ਜੀ ਦੀ ਅਸ਼ੀਰਵਾਦ ਲੈਣ ਆਏ ਸੀ ਔਰ ਬਾਬਾ ਗੁਰਦਿੱਤਾ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਉਹ ਇੰਨਾ ਕੁ ਬਲ ਬਖਸ਼ੇ ਕਿ ਅਸੀਂ ਬਲਾ ਚੌਥ ਹਲਕੇ ਦਾ ਵਧੀਆ ਢੰਗ ਦੇ ਨਾਲ ਮੈਂ ਅਤੇ ਮੇਰੀ ਭੈਣ ਦਾ ਹਲਕੇ ਵਧੀਆ ਵਿਕਾਸ ਕਰ ਸਕੇ। ਸਹਿਜ ਠਾ ਦਾਂਗੇ ਸਰ, ਵੇਖੀ ਜੋ ਮੈਂ ਕਿਹਾ ਜੀ ਸਭ ਕੁਝ ਸਭ ਕੁਝ ਸਭ ਕੁਝ ਠੀਕ ਹੋ ਜੂ, ਤੁਸੀਂ ਬਤਾਓ ਸਰ। ਇੱਕ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਕਰ ਰਹੇ ਹੋ। ਹਾਂਜੀ ਹਾਂਜੀ ਅਸੀਂ ਲਿੰਕ ਰੋਡ ਤੇ ਮੰਡੀਆਂ ਤੇ ਵਿੱਚ ਪੈਸਾ ਲਾਉਣਾ, ਲਿੰਕ ਰੋਡ ਬਣਾਉਣੀਆਂ ਤੇ ਮੰਡੀਆਂ ਦੇ ਵਿੱਚ ਪੈਸੇ ਲਾਉਣੇ। ਹਾਂ ਹਾਂ।